ਨਿਊਜ਼ੀਲੈਂਡ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਆ ਜਿੱਥੇ ਇੱਕ ਪੰਜਾਬੀ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਇੱਕ ਘਰ ਦੇ ਵਿੱਚੋਂ ਉਸਦੀ ਖੂਨ ਦੇ ਨਾਲ ਲੱਥਪੱਥ ਲਾਸ਼ ਮਿਲੀ ਹੈ। ਨਿਊਜ਼ੀਲੈਂਡ ਦੇ ਡਨੀਡਨ ਸ਼ਹਿਰ ਦੇ ਵਿੱਚ ਰਹਿੰਦਾ ਸੀ ਲੁਧਿਆਣੇ ਦਾ ਗੁਰਜੀਤ ਸਿੰਘ। ਹਾਲੇ 6 ਮਹੀਨੇ ਪਹਿਲਾਂ ਹੀ ਇਸ ਗੁਰਜੀਤ ਸਿੰਘ ਦਾ ਵਿਆਹ ਹੋਇਆ ਸੀ। 6 ਫਰਵਰੀ ਨੂੰ ਪਤਨੀ ਨੇ ਵੀ ਨਿਊਜ਼ੀਲੈਂਡ ਜਾਣਾ ਸੀ ਗੁਰਜੀਤ ਦੇ ਕੋਲ, ਪਰ ਉਸ ਤੋਂ ਪਹਿਲਾਂ ਹੀ ਗੁਰਜੀਤ ਦਾ ਕਤਲ ਕਰ ਦਿੱਤਾ ਗਿਆ। ਇੱਕ ਅਣਪਛਾਤੇ ਘਰ ਦੇ ਵਿੱਚੋਂ ਉਸਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਹੈ। ਦਰਅਸਲ 3 ਭੈਣਾਂ ਦਾ ਇਕਲੌਤਾ ਭਰਾ ਸੀ ਗੁਰਜੀਤ ਸਿੰਘ। 3 ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਲੋਕਾਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ ਕਿ ਗੁਰਜੀਤ ਸਿੰਘ ਦੀ ਡੈੱਡ ਬੋਡੀ ਪੰਜਾਬ ਲਿਆਉਣ ਦੇ ਲਈ ਉਹਨਾਂ ਦੀ ਮਦਦ ਕੀਤੀ ਜਾਵੇ। ਮ੍ਰਿਤਕ ਦੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ। ਹਾਲੇ ਨਵਵਿਆਹਤਾ ਦਾ ਚੂੜਾ ਵੀ ਨਹੀਂ ਲੱਥਿਆ ਸੀ ਕਿ ਉਸਦੇ ਲਾੜੇ ਦੀ ਮੌਤ ਹੋ ਗਈ। 8 ਸਾਲ ਪਹਿਲਾਂ ਗੁਰਜੀਤ ਸਿੰਘ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਨਿਊਜ਼ੀਲੈਂਡ ਗਿਆ ਸੀ। ਉਹ ਨਿਊਜ਼ੀਲੈਂਡ ਦੇ ਡਨੀਡਨ ਸ਼ਹਿਰ ਦੇ ਵਿੱਚ ਰਹਿੰਦਾ ਸੀ ਅਤੇ ਇਹਨਾਂ 8 ਸਾਲਾਂ ਦੇ ਵਿੱਚ ਕਈ ਵਾਰ ਉਹ ਆਪਣੇ ਘਰ ਆ ਕੇ ਗਿਆ। ਉਸਨੇ ਆਪਣੇ ਸੁਪਨੇ ਪੂਰੇ ਕੀਤੇ, ਆਪਣਾ ਘਰ ਬਣਾਇਆ। ਵਿਆਹ ਹਾਲੇ 6 ਮਹੀਨੇ ਪਹਿਲਾਂ ਹੀ ਕੀਤਾ ਸੀ ਕਿ ਉਸਦਾ ਹੁਣ ਨਿਊਜ਼ੀਲੈਂਡ ਦੇ ਵਿੱਚ ਕਤਲ ਕਰ ਦਿੱਤਾ ਗਿਆ ਹੈ। ਇਹ ਖਬਰ ਸੁਣਨ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ। ਮਾਂ ਦਾ, ਦਾਦੀ ਦਾ, ਭੈਣਾਂ ਦਾ ਅਤੇ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ। ਕੁਝ ਸਕਿੰਟਾਂ ਦੇ ਵਿੱਚ ਹੀ ਪਰਿਵਾਰ ਉੱਜੜ ਗਿਆ ਹੈ ਪੂਰਾ, ਕਿਉਂਕਿ ਇਕਲੌਤਾ ਪੁੱਤਰ ਸੀ ਮਾਪਿਆਂ ਦਾ, 3 ਭੈਣਾਂ ਦਾ ਇਕਲੌਤਾ ਭਰਾ ਸੀ। ਬੜੇ ਚਾਅ ਦੇ ਨਾਲ ਭੈਣਾਂ ਰੱਖੜੀ ਲੈ ਕੇ ਆਉਂਦੀਆਂ ਸੀ ਆਪਣੇ ਵੀਰੇ ਦੇ ਲਈ, ਪਰ ਕਿੰਨਾ ਮੰਦਭਾਗਾ ਇਹ ਕਾਰਾ ਹੋਇਆ ਹੈ। ਇਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ, ਉਹ ਵੀ ਨਿਊਜ਼ੀਲੈਂਡ ਦੇ ਵਿੱਚ। ਆਓ ਪਰਿਵਾਰਕ ਮੈਂਬਰਾਂ ਦੀ ਕੀ ਬੇਨਤੀ ਹੈ ਲੋਕਾਂ ਨੂੰ ਜਾਣਦੇ ਹਾਂ। ਮੈਂ ਅਮਨਦੀਪ ਕੌਰ, ਮੈਂ ਉਹਦੀ ਗੁਰਜੀਤ ਸਿੰਘ ਦੀ ਛੋਟੀ ਭੈਣ ਹਾਂ ਅਤੇ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਮੇਰੇ ਭਰਾ ਦੀ ਡੈੱਡ ਬੋਡੀ ਲਿਆਉਣ 'ਚ ਹੈਲਪ ਕਰੋ। ਸਾਰਿਆਂ ਨੂੰ ਰਿਕੁਐਸਟ ਹੈ, ਪਲੀਜ਼ ਹੈਲਪ ਕਰੋ। ਅਸੀਂ 3 ਭੈਣਾਂ, ਸਾਡੇ 3 ਭੈਣਾਂ ਦਾ 1 ਭਰਾ ਸੀ, ਸੋ ਪਲੀਜ਼ ਰਿਕੁਐਸਟ ਹੈ, ਸਾਡੀ ਹੈਲਪ ਕਰੋ। ਤੁਹਾਨੂੰ ਕਦੋਂ ਪਤਾ ਲੱਗਿਆ ਸੀ ਜੀ ਇਹ ਗੱਲ ਵਾਪਰੀ ਹੈ ਨਾ? ਫਿਰ ਚੁੱਕ ਕੇ ਕਹਿੰਦੇ ਲੈ ਕੇ ਚੱਲੇ ਨਾ ਹਸਪਤਾਲ ਚ। ਓਦੋ ਬਾਅਦ ਥੋੜਾ ਚਿਰ ਅਸੀਂ ਗਿਆ, ਫਿਰ ਪਤਾ ਦੱਸਿਆ ਜੇ ਮੁੰਡਿਆਂ ਨੂੰ, ਮੁੰਡੇ ਕਹਿੰਦੇ ਮੁੱਕ ਗਿਆ ਬਸ। ਆਹੀ ਗੱਲ ਹੋਈ ਹੈ, ਕੋਈ ਗੱਲ ਨੀ ਹੋਈ, ਕੋਈ ਗੱਲ ਨੀ। ਆਖਰੀ ਵਾਰ ਤੁਹਾਡੇ ਨਾਲ ਕਦੋਂ ਗੱਲ ਹੋਈ ਸੀ? ਆਖਰੀ ਵਾਰ ਮੇਰੇ ਸਵੇਰੇ ਹੋਈ ਹੈ ਗੱਲ। ਫਿਰ ਇਹ ਗੱਲ ਮੈਨੂੰ ਕਹਿੰਦਾ ਮਾਂ ਤੂੰ ਕੀ ਕਰਦੀ ਹੈ? ਮੈਂ ਕਿਹਾ ਮੈਂ ਤਾਂ ਰੋਟੀ ਬਣਾਉਂਦੀ ਹਾਂ। ਉਹ ਤਾਂ ਜਾਣਾ ਸੀ, ਵੋਟੀ ਨੇ ਕਿਤੇ ਜਾਣਾ ਸੀ ਆਪਣੇ ਫਲੈਟ ਸੀ 6 ਤਰੀਕ ਦੀ ਵੋਟੀ ਦੀ ਬਾਹਰ ਨੂੰ, ਤੇ ਅਸੀਂ ਜਾਣਾ ਸੀ ਮਿਲਣ ਵਾਸਤੇ ਰਿਸ਼ਤੇਦਾਰਾਂ ਦੇ। ਮੈਂ ਕਿਹਾ ਰੋਟੀ ਬਣਾਉਣਾ ਚੱਲ ਜੇ ਸੀ। ਉੱਧਰੋਂ ਉਹਦਾ ਫੋਨ ਆ ਗਿਆ, ਕਹਿੰਦਾ ਮਾਂ ਕੀ ਕਰਦੀ? ਕਹਿੰਦੀ ਮੈਂ ਕਿਹਾ ਰੋਟੀ ਬਣਾਉਣੀ ਪੁੱਤ। ਕਹਿੰਦਾ ਚੱਲ ਕੋਈ ਨਾ, ਮਾਂ ਬਣਾ ਲੈ, ਮੈਂ ਵੀ ਰੋਟੀ ਪਕਾਉਣੀ ਨੀ। ਕੋਈ ਗੱਲ ਨਹੀਂ ਹੋਈ, ਕੋਈ ਦੱਸਿਆ ਨਹੀਂ ਮੈਨੂੰ, ਕੁਛ ਨਹੀਂ ਦੱਸਿਆ। ਮੈਂ ਉਦੋਂ ਬਾਅਦ ਨਹੀਂ ਫੋਨ ਮੈਨੂੰ ਆਇਆ ਕੋਈ ਵੀ, ਕੋਈ ਨਹੀਂ ਮੈਨੂੰ ਕੋਈ ਫੋਨ ਆਇਆ। ਕੀ ਕਰਾਂ ਮੈਂ, ਕੀ ਕਰਾਂ? ਸ਼ਨੀਵਾਰ ਰਾਤੀ ਉਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ। ਉਦੋਂ ਮੈਨੂੰ ਲੱਗਿਆ ਕਿ ਫੋਨ ਨਹੀਂ ਚੁੱਕਦੇ ਪਏ ਹੈ, ਵੀ ਰੋਜ਼ ਰਾਤੀ ਫੋਨ ਆਉਂਦਾ ਸੀ। ਉਦੋਂ ਉੱਥੇ ਦਿਨ ਹੁੰਦਾ ਸੀ ਇੱਥੇ ਰਾਤ, ਅਤੇ ਫੋਨ ਆਇਆ ਨਹੀਂ। ਫੋਨ ਮੇਰੇ ਫੋਨ ਲਾਏ, ਫੋਨ ਲੱਗੇ ਹੀ ਨਹੀਂ।
ਫਿਰ ਉਸ ਤੋਂ ਬਾਅਦ ਵੀ ਮੈਂ ਫੋਨ ਦੇ ਉੱਥੇ ਇਹਨਾਂ ਦੇ ਜਿਹੜੇ ਜਾਣਕਾਰ ਹੈ ਦੋਸਤ ਉਹਨਾਂ ਨੂੰ ਪੁੱਛਿਆ ਵੀ ਇੱਦਾਂ ਇੱਦਾਂ ਫੋਨ ਨਹੀਂ ਚੁੱਕਦੇ ਪਏ ਹੈ, ਵੀ ਕੀ ਗੱਲ ਹੋ ਗਈ, ਇੱਦਾਂ ਕਦੀ ਹੋਇਆ ਤਾਂ ਹੈ ਨਹੀਂ। ਫਿਰ ਤਾਂ ਉਹ ਕਹਿੰਦੇ ਕਿ ਅਸੀਂ ਪਤਾ ਕਰਦੇ ਹਾਂ, ਉਹਨਾਂ ਦੇ ਵੀ ਨਹੀਂ ਫੋਨ ਚੁੱਕੇ। ਫਿਰ ਉਹਨਾਂ ਨੇ ਕਿਸੇ ਨੂੰ ਭੇਜਿਆ ਉੱਥੇ ਉਹਨਾਂ ਦੇ ਘਰ, ਫਿਰ ਉਹਨਾਂ ਨੇ ਦੇਖਿਆ ਤਾਂ ਕਹਿੰਦੇ ਉੱਥੇ ਉਹ ਬੇਹੋਸ਼ ਪਏ ਸੀ, ਵੀ ਉੱਥੇ ਹਸਪਤਾਲ ਲੈ ਕੇ ਹੁਣ ਜਾਣ ਲੱਗ ਗਿਆ। ਫਿਰ ਉਸ ਤੋਂ ਬਾਅਦ ਉਹਨੇ ਥੋੜ੍ਹੀ ਦੇਰ ਬਾਅਦ ਉਹਨਾਂ ਦਾ ਮੈਸੇਜ ਆ ਗਿਆ ਕਿ ਹੀ ਇਜ਼ ਨੋ ਮੋਰ। ਉਸ ਤੋਂ ਬਾਅਦ ਤਾਂ ਕੋਈ ਉਹਨਾਂ ਨਾਲ ਗੱਲ ਮੇਰੀ ਹੋਈ। ਇਹ ਆਪਣਾ ਕਿੰਨਾ ਟਾਈਮ ਹੋ ਗਿਆ ਤੁਹਾਡੇ ਵਿਆਹ ਹੋਏ ਨੂੰ? ਕਿੰਨਾ ਟਾਈਮ? 8 ਮਹੀਨੇ ਹੋਏ। ਅੱਛਾ ਜੀ, ਕਿੰਨਾ ਸਮਾਂ ਰਹੀ ਤੁਹਾਡੇ ਕੋਲ? 1 ਮਹੀਨਾ ਰਹੀ ਸੀ। ਮੈਂ ਕਿਰਪਾਲ ਸਿੰਘ ਜਗਾਦਰੀ ਵਰਕਸ਼ਾਪ ਤਿਲਕਨਗਰ ਤੋਂ ਬੋਲ ਰਿਹਾ ਜੀ। ਗੁਰਜੀਤ ਸਿੰਘ ਮੇਰਾ ਜਵਾਈ ਸੀਗਾ ਜੀ, ਉੱਥੇ ਅਚਾਨਕ ਉਹਨਾਂ ਨੂੰ ਮਰਡਰ ਹੋ ਗਿਆ ਜੀ। ਸਾਨੂੰ ਉਹਦੀ ਹੈਲਪ ਲਈ ਤੁਹਾਡੀ ਬਹੁਤ ਜ਼ਰੂਰੀ ਜ਼ਰੂਰਤ ਹੈ। ਐਨ ਆਰ ਆਈ ਜਿੰਨੇ ਵੀ ਸਭਾ ਹੈਗੀਆਂ ਉੱਥੇ ਜੀ, ਸਾਡੇ ਗੌਰਮੈਂਟ ਪੰਜਾਬ ਸਰਕਾਰ ਜੇ ਉਹਨਾਂ ਦੀ ਸਰਕਾਰ ਜੇ ਸਾਡੀ ਮਦਦ ਕੀਤੀ ਜਾਏ, ਸਾਡੇ ਉਹਦੀ ਡੈੱਡ ਬੋਡੀ ਲਿਆਉਣ 'ਚ ਸਾਡੀ ਮਦਦ ਕੀਤੀ ਜਾਏ। ਜਿਹੜਾ ਉਹਦਾ ਬਿਜ਼ਨਸ ਸੀਗਾ, ਉਹਦਾ ਸਮਾਨ ਐਰਾ ਜੋ ਵੀ ਸੀਗਾ, ਬੀਮਾ ਵਗੈਰਾ ਕਲੇਮ, ਉਹ ਸਾਨੂੰ ਦਵਾਇਆ ਜਾਏ ਇਸ ਪਰਿਵਾਰ ਲਈ। ਹੁਣ ਅੱਗੇ ਪਿੱਛੇ ਕੋਈ ਨਹੀਂ ਜੀ, ਉਹਨਾਂ ਦਾ ਇਕੱਲਾ ਬੱਚਾ ਸੀਗਾ, ਅਤੇ ਉਹਨਾਂ ਦੀ ਮਦਦ ਕਰਨੀ, ਸੁਸਾਇਟੀ ਜਿੰਨੇ ਵੀ ਉੱਥੇ ਦੇ ਹੈਗੀਆਂ ਐਨ ਆਰ ਆਈ ਦੇ, ਉਹ ਸਾਰੀ ਮਦਦ ਕਰਨ ਜੀ।